ਅੱਜ ਰਾਮਗੜ੍ਹੀਆ ਕਾਲਜ ਫਗਵਾੜਾ ਵਿਖੇ ਤੀਆਂ ਦਾ ਤਿਉਹਾਰ ਮਨਾਇਆ ਗਿਆ। ਇਸ ਮੌਕੇ ਵਿਸ਼ੇਸ਼ ਤੌਰ ਤੇ CDPO ਬੰਗਾ ਮੈਡਮ ਦਵਿੰਦਰ ਕੌਰ ਜੀ ਨੇ ਸ਼ਿਰਕਤ ਕੀਤੀ। ਉਹਨਾਂ ਨੇ ਤੀਆਂ ਦੇ ਤਿਉਹਾਰ ਨੂੰ ਮਨਾਏ ਜਾਣ ਤੇ ਵਧਾਈ ਦਿੱਤੀ ਤੇ ਨਾਲ ਦੀ ਨਾਲ ਸੱਭਿਆਚਾਰ ਨਾਲ ਜੁੜੇ ਰਹਿਣ ਲਈ ਇਸ ਨੂੰ ਵਧੀਆ ਉਪਰਾਲਾ ਦੱਸਿਆ। ਇਸ ਪ੍ਰੋਗਰਾਮ ਵਿੱਚ ਸਮੂਹ ਸਟਾਫ ਤੇ ਕਾਲਜ ਦੀਆਂ ਵਿਦਿਆਰਥਣਾਂ ਨੇ ਭਾਗ ਲਿਆ। ਵਿਦਿਆਰਥਣਾਂ ਨੇ ਇਸ ਪ੍ਰੋਗਰਾਮ ਦੌਰਾਨ ਪੰਜਾਬ ਦੇ ਸੱਭਿਆਚਾਰ ਨੂੰ ਦਰਸਾਉਂਦੇ ਵੱਖ ਵੱਖ ਹੋਰ ਰੰਗ ਜਿਵੇਂ ਗਿੱਧਾ, ਬੋਲੀਆਂ, ਘੋੜੀਆਂ, ਸੁਹਾਗ ਅਤੇ ਟੱਪੇ ਆਦਿ ਪੇਸ਼ ਕੀਤੇ। ਵਿਦਿਆਰਥਣਾਂ ਦੁਆਰਾ ਵਿਸ਼ੇਸ਼ ਰੂਪ ਵਿੱਚ ਇਸ ਤਿਉਹਾਰ ਨੂੰ ਮੁੱਖ ਰੱਖਦੇ ਹੋਏ ਪੀਂਘਾਂ ਝੂਟੀਆਂ ਗਈਆਂ। ਸਟਾਫ ਨੇ ਵੀ ਆਪਣੀ ਤਰਫੋਂ ਇਸ ਪ੍ਰੋਗਰਾਮ ਵਿੱਚ ਭਾਗ ਲਿਆ। ਪ੍ਰਿੰਸੀਪਲ ਡਾਕਟਰ ਮਨਜੀਤ ਸਿੰਘ ਨੇ ਇਸ ਪ੍ਰੋਗਰਾਮ ਦੇ ਕਨਵੀਨਰ ਪ੍ਰੋਫੈਸਰ ਕੁਲਵੀਰ ਕੌਰ ਦੇ ਉਪਰਾਲੇ ਦੀ ਸ਼ਲਾਘਾ ਕੀਤੀ। ਉਹਨਾਂ ਨੇ ਇਸ ਤਰ੍ਹਾਂ ਦੇ ਪ੍ਰੋਗਰਾਮ ਉਲੀਕਦੇ ਰਹਿਣ ਲਈ ਉਤਸ਼ਾਹਿਤ ਵੀ ਕੀਤਾ। ਇਸ ਮੌਕੇ ਕਾਲਜ ਦੇ ਵਾਈਸ ਪ੍ਰਿੰਸੀਪਲ ਰਾਜਵਿੰਦਰ ਕੌਰ, ਡਾਕਟਰ ਵੰਦਨਾ ਬੰਸਲ, ਪ੍ਰੋਫੈਸਰ ਕੁਲਵੀਰ ਕੌਰ, ਪ੍ਰੋਫੈਸਰ ਮਨਜੀਤ ਕੌਰ, ਪ੍ਰੋਫੈਸਰ ਰਾਜਵਿੰਦਰ ਕੌਰ ਮਿਨਿਹਾਸ, ਡਾਕਟਰ ਹਰਮੀਤ ਕੌਰ, ਪ੍ਰੋਫੈਸਰ ਪੂਜਾ, ਪ੍ਰੋਫੈਸਰ ਅਰਪਨਦੀਪ ਕੌਰ, ਪ੍ਰੋਫੈਸਰ ਅਰੁਣਾ ਰਾਣੀ, ਮੈਡਮ ਪਰਮਿੰਦਰ ਕੌਰ ਆਦਿ ਸ਼ਾਮਲ ਰਹੇ। ਅੱਜ ਰਾਮਗੜ੍ਹੀਆ ਕਾਲਜ ਦੇ ਵਿੱਚ ਤੀਆਂ ਦਾ ਪ੍ਰੋਗਰਾਮ ਕਾਲਜ ਦੀ ਮੈਨੇਜਮੈਂਟ ਕਮੇਟੀ ਅਤੇ ਬੱਚਿਆਂ ਵੱਲੋਂ ਰਲ ਕੇ ਰੱਖਿਆ ਗਿਆ ਸੀਗਾ, ਜਿਹਦੇ ਵਿੱਚ ਇਹਨਾਂ ਨੇ ਮੈਨੂੰ ਬੁਲਾਇਆ। ਮੈਨੂੰ ਬਹੁਤ ਅੱਛਾ ਲੱਗਾ ਕਿ ਬੱਚੇ ਮਤਲਬ ਪਿੰਡਾਂ ਦੇ ਵਿੱਚੋਂ ਨਿਕਲ ਕੇ ਆਉਂਦੇ ਆ ਅਤੇ ਸ਼ਹਿਰ ਦੇ ਵਿੱਚ ਵੀ ਜਿਹੜੇ ਬੱਚੇ ਆਪਣਾ ਸੱਭਿਆਚਾਰਕ ਪ੍ਰੋਗਰਾਮ ਪੇਸ਼ ਕਰਦੇ ਆ, ਬੱਚਿਆਂ ਦੀ ਐਕਸਰਸਾਈਜ਼ ਹੁੰਦੀ ਆ, ਨੱਚਦੀਆਂ ਕੁੜੀਆਂ ਪੀਂਘਾਂ ਝੂਟਦੀਆਂ, ਜਿਹੜਾ ਕਿ ਹੌਲੀ ਹੌਲੀ ਪੰਜਾਬ ਦੇ ਵਿੱਚੋਂ ਇਹ ਖਤਮ ਹੋ ਰਿਹਾ ਸੀ। ਮਤਲਬ ਬਹੁਤ ਅੱਛਾ ਉਪਰਾਲਾ ਹੈਗਾ ਇਹ ਵੀ, ਇਸ ਨੂੰ ਚੀਜ਼ ਨੂੰ ਆਪਾਂ ਨੂੰ ਜਿਉਂਦੇ ਰੱਖਣ ਲਈ ਅੱਧੇ ਰਲ ਮਿਲ ਕੇ ਸਭ ਜਗ੍ਹਾ ਆਪਾਂ ਨੂੰ ਜਿਹੜੇ ਸੱਭਿਆਚਾਰਕ ਪ੍ਰੋਗਰਾਮ ਹੈਗੇ ਆ, ਤੀਆਂ ਹੋ ਗਈਆਂ, ਲੋਹੜੀ ਹੋ ਗਈ, ਜਿੱਦਾਂ ਦੇ ਵੀ ਕੋਈ ਪ੍ਰੋਗਰਾਮ ਹੈਗੇ, ਸਾਰੇ ਆਪਾਂ ਨੂੰ ਪਿੰਡਾਂ ਦੇ ਵਿੱਚ ਵੀ ਕਰਨੇ ਚਾਹੀਦੇ ਆ ਅਤੇ ਸ਼ਹਿਰਾਂ ਦੇ ਵਿੱਚ ਕਾਲਜਾਂ ਦੇ ਥਰੂ। ਮਤਲਬ ਬੱਚੇ ਜੇ ਇੱਥੋਂ ਸਿੱਖ ਕੇ ਜਾਂਦੇ ਆ ਤਾਂ ਹੋ ਸਕਦਾ ਉਹ ਆਪਣੇ ਪਿੰਡਾਂ ਦੇ ਵਿੱਚ ਵੀ ਜਾ ਕੇ ਇਹਨਾਂ ਚੀਜ਼ਾਂ ਨੂੰ ਇੰਪਲੀਮੈਂਟ ਕਰਨਗੇ। ਅਤੇ ਬੜੀ ਖੁਸ਼ੀ ਹੋਈ ਅੱਜ ਬੱਚਿਆਂ ਨੂੰ ਪੰਜਾਬੀ ਡਰੈਸਿਸ ਦੇ ਵਿੱਚ ਦੇਖ ਕੇ, ਪੰਜਾਬੀ ਪਹਿਰਾਵੇ ਪਾਏ ਹੋਏ ਸੀਗੇ। ਬਹੁਤ ਪੁਰਾਣੇ ਸਮੇਂ ਦੀਆਂ ਯਾਦਾਂ ਤਾਜ਼ੀਆਂ ਹੋ ਗਈਆਂ ਮੇਰੀਆਂ ਵੀ, ਮੈਨੂੰ ਬਹੁਤ ਵਧੀਆ ਲੱਗਾ। ਹਾਂਜੀ, ਅੱਜ ਕਾਲਜ ਦੇ ਵਿੱਚ ਤੀਆਂ ਦਾ ਤਿਉਹਾਰ ਕਾਲਜ ਦੀਆਂ ਵਿਦਿਆਰਥਣਾਂ ਵੱਲੋਂ ਮਨਾਇਆ ਗਿਆ। ਮੈਂ ਦੱਸਣਾ ਚਾਹੁੰਦਾ, ਜ਼ਿਆਦਾਤਰ ਬੱਚੇ ਮੋਬਾਈਲ ਦੇ ਨਾਲ ਜੁੜੇ ਹੋਏ ਆ ਔਰ ਉਹ ਆਪਣੀਆਂ ਅੱਖਾਂ ਵੀ ਖਰਾਬ ਕਰ ਰਹੇ ਆ ਅਤੇ ਹੋਰ ਬਿਮਾਰੀਆਂ ਲਾ ਰਹੇ ਆ। ਅਤੇ ਮੇਰਾ ਮਨ ਬੜਾ ਖੁਸ਼ ਹੋਇਆ ਦੇਖ ਕੇ ਕਿ ਲੜਕੀਆਂ ਪੀਂਘਾਂ ਝੂਟ ਰਹੀਆਂ, ਜਿਹਦੇ 'ਚ ਲੜਕੀਆਂ ਆਪ ਬੋਲੀਆਂ ਪਾ ਕੇ ਗਿੱਧਾ ਪਾ ਰਹੀਆਂ। ਅਤੇ ਇਹ ਸਾਡੇ ਪੰਜਾਬ ਦਾ ਪੁਰਾਣਾ ਕਲਚਰ ਆ, ਇਹਦੇ ਵਿੱਚ ਐਕਸਰਸਾਈਜ਼ ਵੀ ਹੋ ਜਾਂਦੀ ਆ, ਇਹਦੇ 'ਚ ਸਾਰੀਆਂ ਗੱਲਾਂ ਜਿਹੜੀਆਂ ਆ ਇਹਦੇ ਵਿੱਚ ਆ ਜਾਂਦੀਆਂ ਆ। ਅਤੇ ਜਿਹੜਾ ਮੋਬਾਈਲ ਆ ਉਹਦੇ ਨਾਲ ਜਿੱਦਾਂ ਕਹਿੰਦੇ ਹੁੰਦੇ ਆ ਦਿਮਾਗ ਦੀ ਥੋੜ੍ਹੀ ਬਹੁਤੀ ਐਕਸਰਸਾਈਜ਼ ਤਾਂ ਮੋਬਾਈਲ ਦੇ ਨਾਲ ਹੋ ਜਾਂਦੀ ਆ, ਪਰ ਕੋਈ ਫਿਜ਼ੀਕਲੀ ਐਕਸਰਸਾਈਜ਼ ਜਿਹੜੀ ਆ ਨਹੀਂ ਹੁੰਦੀ। ਔਰ ਇਸ ਲਈ ਮੈਂ ਇਹੋ ਹੀ ਕਹਾਂਗਾ ਕਿ ਸਾਨੂੰ ਆਪਣੇ ਵਿਰਸੇ ਦੇ ਨਾਲ ਜੁੜੇ ਰਹਿਣਾ ਚਾਹੀਦਾ ਔਰ ਜਿਹੜੇ ਪੰਜਾਬੀ ਕਲਚਰ ਦੇ ਨਾਲ ਰਿਲੇਟਡ ਜੋ ਗਤੀਵਿਧੀਆਂ, ਕਿਸੇ ਵੇਲੇ ਇਹੋ ਹੀ ਗਿੱਧਾ ਜਿਹੜਾ ਆ ਉਹ ਸਾਡੀਆਂ ਮਾਵਾਂ ਅਤੇ ਭੈਣਾਂ ਵਿਆਹਾਂ ਦੇ ਵਿੱਚ ਪਾਉਂਦੀਆਂ ਹੁੰਦੀਆਂ ਸੀ, ਅੱਜ ਕੱਲ੍ਹ ਵਿਆਹਾਂ ਦੇ ਵਿੱਚ ਵੀ DJ ਹੀ ਲੱਗ ਹੈ। ਤਾਂ ਸੋ ਇਸ ਕਰਕੇ ਇਹ ਆ ਕਿ ਸਾਨੂੰ ਆਪਣੇ ਪੰਜਾਬੀ ਕਲਚਰ ਨੂੰ ਨਹੀਂ ਭੁੱਲਣਾ ਚਾਹੀਦਾ ਅਤੇ ਉਹਦੇ ਨਾਲ ਜੁੜੇ ਰਹਿਣਾ ਚਾਹੀਦਾ ਆ ਅਤੇ ਬੱਚਿਆਂ ਨੂੰ ਉਹ ਕਲਚਰ ਦੇ ਬਾਰੇ ਦੱਸਣਾ ਚਾਹੀਦਾ ਆ। ਸੋ ਮੈਂ ਲੜਕੀਆਂ ਨੂੰ ਵੈਸੇ ਤਾਂ ਇਹੀ ਕਹਿੰਦਾ ਹੁੰਦਾ ਕਿ ਸਾਰੀਆਂ ਲੜਕੀਆਂ ਜਿਹੜੀਆਂ ਆ ਉਹ ਮੇਰੀਆਂ ਬੇਟੀਆਂ, ਬੇਟੀ ਤੋਂ ਘੱਟ ਨਹੀਂ ਗੀਆਂ, ਸਾਰੀਆਂ ਮੇਰੇ ਲਈ ਬਰਾਬਰ ਆ। ਔਰ ਅੱਜ ਬੱਚਿਆਂ ਨੇ ਬਹੁਤ ਮਨ ਖੁਸ਼ ਹੋਇਆ ਬੱਚਿਆਂ ਨੂੰ ਇਸ ਪੰਜਾਬੀ ਪਹਿਰਾਵੇ ਦੇ ਵਿੱਚ ਦੇਖ ਕੇ।